ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਜਸਪਾਲ ਸਿੰਘ। ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਅੰਗੂਰਾਂ ਦੇ ਬਾਗ ਦੀ, ਵੀ ਕਿੱਡੇ ਕਿੱਡੇ ਕੁ ਅੰਗੂਰ ਹੋ ਗਏ ਅਤੇ ਕਿਵੇਂ ਫਟਾਰਾ ਚੱਕੀ ਜਾਂਦਾ। ਅਤੇ ਤੁਸੀਂ ਮੇਰਾ ਸਹਿਯੋਗ ਦਿਓ, ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਹਾਨੂੰ ਕਿਵੇਂ ਵੀਡੀਓ ਲੱਗੀ। ਅਤੇ ਆ ਜਾਓ ਚੱਲਦੇ ਹਾਂ ਹੁਣ ਅੰਗੂਰਾਂ ਦੇ ਬਾਗ ਦੀ ਵੀਡੀਓ ਬਣਾਉਂਦੇ ਹਾਂ ਜੀ। ਆਪਾਂ ਤੁਹਾਨੂੰ ਲੈ ਕੇ ਜਾਂਦੇ ਹਾਂ ਹੁਣ ਅੰਗੂਰਾਂ ਦੇ ਬਾਗ 'ਚ ਅਤੇ ਦਿਖਾਉਂਦੇ ਹਾਂ ਵੀ ਕੀ ਕੁਛ ਹੁੰਦਾ। ਅਤੇ ਆ ਜਾਓ ਦਿਖਾਉਂਦੇ ਹਾਂ ਅੰਗੂਰਾਂ ਦਾ ਬਾਗ। ਆਹ ਬਾਈ ਅੰਗੂਰਾਂ ਦਾ ਬਾਗ ਹੈ ਅਤੇ ਆਹ ਛੋਟੇ ਛੋਟੇ ਅੰਗੂਰ ਹੁਣ ਲੱਗੀ ਜਾਂਦੇ ਆ, ਠੀਕ ਹੈ ਜੀ। ਅਤੇ ਹੁਣੀ ਕਟਾਈ ਕਰਕੇ ਹਟਿਆ ਬਾਈ, ਸਾਰਾ ਮਹੀਨਾ ਕੁ ਹੋ ਗਿਆ। ਅਤੇ ਕਿਉਂਕਿ ਬੁਰਜ ਮਾਨਸਾ ਦਾ ਬਾਗ ਹੈ ਅਤੇ ਇਹ ਪਿੰਡ ਬਾਗਾਂ ਦੇ ਵਿੱਚ ਮਸ਼ਹੂਰ ਹੈ। ਅਤੇ ਜਿਹੜਾ ਬੁਰਜ ਮਾਨਸਾ ਉਹ ਹਰੇਕ ਕਿਸਮ ਦੇ ਮੰਨ ਕੇ ਚਲੋ ਬਾਗ ਹੈ, ਜਾਮਣਾਂ ਦਾ ਬਾਗ, ਅਮਰੂਦਾਂ ਦਾ ਬਾਗ, ਪਰ ਅੱਜ ਤੁਹਾਨੂੰ ਦਿਖਾਵਾਂਗੇ ਅੰਗੂਰਾਂ ਦਾ ਬਾਗ। ਅਤੇ ਇਹ ਹੁਣ ਆਪਾਂ ਸਟਾਰਟਿੰਗ ਤੋਂ ਦਿਖਾਵਾਂਗੇ, ਜਦੋਂ ਅੰਗੂਰ ਪੱਕ ਗਏ ਤੜਾਈ ਵੀ ਦਿਖਾਵਾਂਗੇ, ਪਰ ਛੋਟੇ ਛੋਟੇ ਬਲੌਗ ਬਣਾਵਾਂਗੇ ਆਪਾਂ। ਅਤੇ ਇਹਦੇ ਜੇ ਮੰਨ ਕੇ ਚਲੋ ਮੈਂ ਪੁੱਛਦਾ ਬਾਈ ਤੋਂ ਵੀ ਡਿਪ ਵੀ ਕਰਾਉਂਦੇ ਆ ਕਿ ਬੁਰਛ ਵੀ ਕਰਾਉਣਗੇ, ਉਹਨਾਂ ਦੀ ਵੀ ਆਪਾਂ ਵੀਡੀਓ ਬਣਾ ਕੇ ਤੁਹਾਡੇ ਤੱਕ ਭੇਜਾਂਗੇ। ਅਤੇ ਵੀਡੀਓ ਦਾ ਵਧੀਆ ਰਿਸਪੋਂਸ ਦਿਖਾਇਓ। ਅਤੇ ਬਾਕੀ ਆ ਨਾ ਬਾਈਆਂ ਨੇ ਸਰੋਂ, ਠੀਕ ਹੈ ਜੀ, ਅਤੇ ਵਿੱਚ ਪੱਠੇ ਬੀਜ ਰੱਖਿਆ, ਇਹਦਾ ਵੀ ਕਾਰਨ ਪੁੱਛਾਂਗੇ ਵੀ ਇਹ ਕਾਹਦੇ ਕਰਕੇ ਬੀਜੇ ਹੋਏ ਆ। ਇਹ ਸਾਰਿਆਂ ਬਾਗਾਂ ਦੇ ਵਿੱਚ ਤਾਂ ਨਹੀਂ ਬੀਜਦੇ, ਠੀਕ ਹੈ, ਸਰੋਂ ਆਹ ਕਰ ਰੱਖੀ ਆ ਅਤੇ ਕੋਈ ਕੋਈ ਬਾਗਾਂ ਵਿੱਚ ਆ। ਇਹਦਾ ਕਾਰਨ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ। ਕਿਹੜਾ ਤੁਹਾਨੂੰ ਮੈਂ ਦਿਖਾਦਾ, ਆਹ ਬਾਗ ਆਹ ਦੇਖੋ ਜੀ। ਬਾਕੀ ਬਾਣ ਵੀ ਪੁੱਛਦੇ ਆ ਕਿੰਨਾ। ਆਪਣੀ ਵੀਡੀਓ ਨੂੰ ਪੂਰਾ ਵਧੀਆ ਰਿਸਪੋਂਸਿੰਗ ਦਿਓ ਜੀ, ਠੀਕ ਹੈ ਜੀ। ਤੁਹਾਨੂੰ ਹੋਰ ਵੀ ਪਹਿਲਾਂ ਕਿੰਨੂਆਂ ਦੀ ਵੀਡੀਓ ਪਾਈ ਸੀ, ਉਹਦੇ 'ਚੋਂ ਤੁਸੀਂ ਵਧੀਆ ਰਿਸਪੋਂਸਿੰਗ ਦਿੱਤਾ, ਅਤੇ ਇਹਨੂੰ ਵੀ ਪੂਰਾ ਪਿਆਰ ਬਖਸ਼ਿਓ। ਅਤੇ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ। ਆਹ ਦੇਖੋ ਜੀ, ਹਜੇ ਤਾਂ ਸਟਾਰਟਿੰਗ ਹੀ ਹੈ ਬਾਗ ਦੀ, ਆਹ ਅੰਗੂਰ ਹੋਈ ਜਾਂਦੇ ਜੀ। ਇਹ ਤੋਂ ਬਾਅਦ ਜੇ ਤਾਂ ਬਾਈਆਂ ਨੇ ਬੁਰਛ ਕਰਾਉਣਾ ਹੋਇਆ ਬੁਰਛ ਕਰਾ ਲੈਣਗੇ, ਠੀਕ ਹੈ। ਵਿੱਚ ਵਿੱਚ ਬਾਗਾਂ 'ਚ ਕੋਈ ਕੋਈ ਬੁਰਛ ਕਰਵਾ ਲੈਂਦਾ, ਉਹ ਕਿਉਂਕਿ ਜਲਦੀ ਆ ਜਾਂਦੇ ਆ, ਛੇਤੀ ਪੱਕ ਜਾਂਦੇ ਆ ਅੰਗੂਰ। ਅਤੇ ਆਪਾਂ ਪੱਠਿਆਂ ਦਾ ਵੀ ਕਾਰਨ ਪੁੱਛਾਂਗੇ ਅਤੇ ਸਰੋਂ ਦਾ ਵੀ ਕਾਰਨ ਪੁੱਛਾਂਗੇ। ਇਹ ਜੀ ਬੁਰਜ ਮਾਨਸਾ ਤਲਵੰਡੀ ਅਤੇ ਮੌੜ ਨੂੰ ਉਸ ਰੋਡ 'ਤੇ ਛੋਟਾ ਜਿਹਾ ਪਿੰਡ ਪੈ ਜਾਂਦਾ ਸਾਈਡ 'ਤੇ, ਕਿਲੋ ਕੁ ਮੀਟਰ ਦੀ ਵਾਰਡ 'ਤੇ, ਠੀਕ ਹੈ। ਅਤੇ ਉੱਥੇ ਫਿਲਹਾਲ ਸਾਰੀ ਬਾਗ ਹੈ, ਅਤੇ ਜਦੋਂ ਤੁਹਾਡਾ ਟਾਈਮ ਲੱਗੇ ਉਹ ਜ਼ਰੂਰ ਦੇਖ ਕੇ ਜਾਇਓ ਜੀ। ਇਹ ਮੈਨੂੰ ਲੱਗਦਾ ਬਹੁਤ ਪੁਰਾਣਾ ਬਾਗ ਹੈ ਜੀ ਇਹ, ਠੀਕ ਹੈ ਜੀ। ਆਪਣੇ ਆਹ ਗੰਢੇ ਵੀ ਤਿਆਰ ਕਰ ਰੱਖਿਆ, ਗੰਢੇ ਆ ਕਿ ਲਸਣ ਵਿੱਚ ਹੀ ਬਾਗ ਦੇ ਇੰਨੀਆਂ ਇੰਨੀਆਂ ਫਸਲਾਂ ਦਾ ਫਾਇਦਾ ਲੈਂਦੇ ਆ, ਗੰਢੇ ਆ ਪਤਾ ਨਹੀਂ ਕੀ ਆ। ਅਤੇ ਵਿੱਚ ਪੱਠੇ, ਸਰੋਂ, ਆਹ ਦੇਖੋ ਜੀ ਸਰੋਂ। ਆ ਜਾਓ ਆਪਾਂ ਹੌਲੀ ਹੌਲੀ ਚੱਲਦੇ ਹਾਂ। ਆਹ ਦੱਸਿਓ ਜੀ ਕਮੈਂਟ ਦੇ ਵਿੱਚ ਇਹ ਕੀ ਆ, ਇਹ ਜ਼ਰੂਰ ਦੱਸਿਓ ਜੀ ਕਮੈਂਟ ਕਰਕੇ। ਅਤੇ ਵਿੱਚ ਬਹੁਤ ਫਸਲਾਂ ਬੀਜ ਰੱਖੀਆਂ ਜੀ, ਸਬਜ਼ੀ ਵੀ ਬੀਜੀ ਹੋਈ ਹੈ ਵਿੱਚ। ਅਤੇ ਇਹ ਅੰਗੂਰਾਂ ਦਾ ਬਾਗ ਹੈ, ਜਾ ਕੇ ਪੁੱਛਦੇ ਹਾਂ ਵੀ ਕੀ ਗੱਲਬਾਤ ਹੁੰਦੀ ਹੈ। ਥੋੜ੍ਹਾ ਜਿਹਾ ਨੀਵਾਂ ਇਹ, ਕਿਉਂਕਿ ਜਦੋਂ ਨਵਾਂ ਬਾਗ ਹੁੰਦਾ ਨਾ ਉਹ ਉੱਚਾ ਹੁੰਦਾ, ਪਤਾ ਨਹੀਂ ਮੇਰੀ ਹਾਈਟ ਹੀ ਉੱਚੀ ਹੈ। ਆਹ ਨਵੀਂ ਬੱਲ ਤਿਆਰ ਹੋਈ ਜਾਂਦੀ ਆ, ਦੇਖੋ ਜੀ ਬੰਨ ਰੱਖੀ ਆ ਰੱਸੀ ਦੇ ਨਾਲ, ਅਤੇ ਇੱਥੇ ਕੋਈ ਬੱਲ ਮਰ ਗਈ ਹੋਊਗੀ, ਮੱਚ ਗਈ ਹੋਊਗੀ, ਉਹ ਤੋਂ ਬਾਅਦ ਹੋਰ ਬੱਲ ਤਿਆਰ ਹੋਈ ਜਾਂਦੀ ਆ। ਇਹ ਪੁਰਾਣਾ ਬਹੁਤ ਹੈ ਜੀ ਬਾਗ, ਬਾਕੀ ਪੁੱਛਦੇ ਹਾਂ ਵੀ ਕਿੰਨਾ ਟਾਈਮ ਹੋ ਗਿਆ ਬਾਗ ਨੂੰ। ਅਤੇ ਆਹ ਦੇਖੋ ਜੀ ਆਲੂ ਵੀ ਕੀ ਬੀਜੇ ਹੋਏ ਸੀ ਵੱਟ ਬਣਾ ਕੇ, ਠੀਕ ਹੈ ਜੀ। ਇਹਨਾਂ ਦਾ ਵੀ ਪੁੱਛਦੇ ਹਾਂ ਵੀ ਇਹ ਕੀ ਹੈ, ਤਾਂ ਗੰਢੇ ਲੱਗਦੇ ਆ।
बाकी पूछते हैं अंकल को सारी डिटेल लेने। सरों का भी कारण सूँ दसागे तो आ पठिया का भी कारण पूछागे अंकल तो। अंकल जी आई जाते हैं तो अंकल न बोल मारिया मैं आ जाओ अंकल तो पूछते हैं बाकी होर भी सूँ दिखावे भी किड़े किड़े बाग है बुरज मानसा के। वधिया प्यार दे शेयर करो वीडियो नू अपने चैनल नू पंजाबी कल्चर चैनल है तो वध तो वध प्यार दे। अंकल जी आई जाते हैं सतरीकाल अंकल जी सतरीकाल जी तो अपने बाग नू किन्ना क पुराना बाग है आपणा। हाँ जी अपने बाग बारे कुछ दसोंगे भी किन्ना क पुराना बाग है जी। 20 साल दा जी लग्या होया। अच्छा जी किन्ना क मुनाफा हो जांदा जी बाग चो? 3 लाख रुपये च लगदा भाई किला जी। हां किन्ने किले है जी? इह 2 किले 2 किले 3 लाख दे लग जांदे आ। किला किला 3 लाख दा लगदा जी। ठीक है जी ते 3 लाख दी कमाई दे रहा है बिच लहसुन आलू। अच्छा जी आलू भी है लहसुन भी बिच है। ठीक है जी ते सरों भी निकलदी है 10 मन गेड़ी ना। ठीक है जी ते 10 मैं भी पलदियां है। अच्छा अच्छा जी भी हुंदा है। ठीक है जी जौवा भी हुंदा है। अच्छा जी गोभी भी हुंदी है। ते ए कणक नालों वधिया है जी जे आपां बाग 1 किले जां 2 किले च ला दईए तां ते सारा नहीं मूरे है। अच्छा जी जिन्नी कणक कढांगे उन्ने आलू ही निकल सकदे। ठीक है जी ठीक है लहसुन ला ला गंढे ला ला। ठीक है जी इन्हां दा किन्ना क मुनाफा हो जांदा बाग च? इह बहुत कमाई है जी। अच्छा अच्छा जी इह 50-60 हज़ार रुपया दे दिंदा जी। अच्छा जी ठीक है जी ते इक उत्थे भी गंडे जे ओह कर रखे तुसीं? गंडे भी हैगे गाजरां भी हैगे आलू भी हैगे इहदे च कोई नुकसान नहीं हुंदा जी इहनूं बाग नूं? कोई नुकसान नहीं फुट्टे ही होणा बाग जी। अच्छा जी आलू निकल जू गाजर निकल जू। ठीक है जी जौवां वड्या जू। अच्छा अच्छा जी ते एक तुसी सरों भी बीज रखी है साडा ते ओ ओदा की बेनिफिट है जी? सरों हुण जदों नूं बीमारी पौधे नूं वड्डी जाऊगी। अच्छा अच्छा ठीक है जी ते अपने जिहड़ा आहा हुण छोटा छोटा अंगूर चक्की आउंदा जी इह बुरच लाउणा पऊगा। अच्छा बुरच कराऊंगे जी? कराऊंगा। ठीक है ते बुरच तों बाद जी फिर? बुरच तों बाद इहनूं डोब भी देवांगे। अच्छा डोबा ते कारण की हुंदा जी बुरच दा ते डोबे दा जी? बुरच दा कारण इह आ मोटा अंगूर हो जू। अच्छा जी ते डोबू देना जिहड़ा उहदे नाल फुल जांदा वा। अच्छा जी मन के चलो भी छेती आ जांदा। छेती आ जांदा। अच्छा अच्छा ते उहदे च फिर ठेकेदार नूं बेचदे आ के आप बेचदे हुंदे आ? ठेकेदार भी लै लैंदे जां ना ठेकेदार कोई परता पवे ठेकेदार आप भी वध के बेच लैंदे। अच्छा जी नहीं फिर ठेकेदार नूं खर्चा साडे बाग च ही रखणा ना। ठीक है जी ते चलो ठीक है जी वधिया तुसीं जानकारी दित्ती आ तुहाडा धन्नवाद जी। धन्नवाद जी तुहाडा ते आ लो जी मेरे वीरो भी इन्हां ने सानू सारी डिटेल दसती ते बागां दे विच बहुत फायदा है दसी जांदे सी किले दा 3 लाख रुपया बन जांदा। बाकी तुसी कमेंट करके दस्यो कि भी फायदा हैगा कि है नहीं। ठीक है मैं तां यही राय दूंगा कि अपने जिवें मन के चलो किसी कोले 10 किले है उहदे विच 2 किले बाग लाओ ते उहदा फायदा नाल पट्ठे भी बीज सकदे हो नाल सरों भी। इह तुहानूं जमा अक्खी दिखाया जी हाल। ठीक है जी सब्जी भी ला सकदे हो आलू भी दस्सी जांदे सी अंकल ते आलू भी बीज सकदे आ। ते तुहानूं हुण जदों बुरच होऊगा जी इही बाग दे विच आपां बुरच करदे वीडियो बनाउणी है ते वध तों वध तुसीं इस वीडियो नूं शेयर करियो। ठीक है जी ये अंकल कहिंदे 2 किले है ते बहुत बहुत धन्नवाद सारिआं नूं। मैं हथ जोड़ के बेनती करदा कि तुसीं मेरे चैनल नूं सबसक्राइब करो शेयर करो ते लाइक करियो ते कमेंटां दे विच दस्सियो। ते आह देखो जी धुर ते इक सरों ही है।
बहुत बहुत धन्यवाद। तो जे तुसी प्यार दोगे थोनू होर भी वधिया वीडियो बागबानियां दिखावा, क्योंकि मैं आप ही बुरज मानसा दा, तो बुरज मानसा विच पिंड जिहड़ा बुरज मानसा ये बागां च बहुत मशहूर है, तो थोनू नवें नवें बाग भी दिखावांगे। ठीक है जी, किन्नू अमरूद जामणा का बाग हो गया, ठीक है जी, आड़ूआं का बाग हो गया, बस थोड़े दिन च थोनू आड़ूआं की भी वीडियो दिखावांगे। ठीक है जी, तो वध तो वध शेयर करो, हाथ जोड़ के बेनती है। चंगा जी, धन्यवाद, बहुत बहुत धन्यवाद।